अस्सलाम वालेकुम प्यारे भाई, जैसा कि तुसी आप लोग जानते हैं कि अब्दुल रज़ाक मोटर वर्कशॉप कसोवाल एंड ऑटो पार्ट्स बजे आज हम एक गाड़ी चेक करने आए थे। थोड़े से साथ ही बाजार है हमारा, या आज हमने गाड़ी चेक किया कर चेक करने आए थे। चेक करने के बाद जिस सू पता लगा कि गाड़ी का टाइमिंग बेल्ट टुट गया आया वा, इन दुकान पर लैके जाते हैं तो ये जाकर टाइमिंग बेल्ट रिप्लेस करते हैं। इन शाला तरीका कार दिखावे वीडियो के बाकी तुम मुकम्मल वीडियो के ना रहना। इन शाला टाइमिंग बेल्ट पाँव का कैरी बुला का तरीका कार दसागे इन शाला इस वीडियो के इन शाला दुकान से धक्का लाकर लैके जाते हैं एक बार, तो जब दुकान से लैके जाकर इन शाला करते हैं फिट इन शाला। ਜੇ ਭਾਈ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਦੁਕਾਨ 'ਤੇ ਆ ਗਏ ਹੋਏ ਹਾਂ, ਡੱਬਾ ਵੀ ਦੁਕਾਨ 'ਤੇ ਲਿਆ ਆਏ ਹੋਏ ਹਾਂ, ਚੈੱਕ ਕਰ ਲਿਆ ਤਸੱਲੀ ਨਾਲ। ਚੈੱਕ ਕਰਨ ਤੋਂ ਬਾਅਦ ਪਤਾ ਲੱਗਾ ਕਿ ਬਾਕੀ ਟਾਈਮਿੰਗ ਬੈਲਟ ਟੁੱਟ ਗਿਆ ਆਇਆ ਵਾ, ਅਤੇ ਚਲੋ ਹੁਣ ਟਾਈਮਿੰਗ ਬੈਲਟ ਰਿਪਲੇਸ ਕਰਦੇ ਹਾਂ ਅਤੇ ਨਾਲ ਤੁਹਾਨੂੰ ਤਰੀਕਾ ਕਰ ਦਿਖਾਉਂਦੇ ਹਾਂ ਇਨ ਸ਼ਾਲਾ ਟਾਈਮਿੰਗ ਬੈਲਟ ਲਗਾਉਣ ਦਾ ਜੀ। ਘਰੇ ਡੱਬਾ ਵਾ ਜੀ, ਅਤੇ ਇਹਦਾ ਲੱਗੇ ਆ ਟਾਈਮਿੰਗ ਬੈਲਟ ਪਾਉਣ, ਅਤੇ ਆਓ ਤੁਹਾਨੂੰ ਤਰੀਕਾ ਕਰ ਦਿਖਾ ਦਈਏ ਵੀਡੀਓ ਦੇ ਵਿੱਚ ਇਨ ਸ਼ਾਲਾ ਜੀ, ਮੁਕੰਮਲ ਤਰੀਕਾ ਕਰ ਦਿਖਾ ਦੇਵਾਂਗੇ ਇਨ ਸ਼ਾਲਾ ਜੀ ਵੀਡੀਓ ਵਿੱਚ। ਪਿਆਰੇ ਭਾਈਆਂ ਨੂੰ ਟਾਈਮਿੰਗ ਬੈਲਟ ਪਾਉਣ ਦਾ ਨਾਲ ਤੁਹਾਨੂੰ ਕੈਰੀ ਬੁਲਾਉਣ ਦੀ ਟਾਈਮਿੰਗ ਦੱਸ ਦੇਵਾਂਗੇ, ਬਾਦਸ਼ੋ ਬੇਫਿਕਰ ਹੋ ਜਾਓ, ਟੈਨਸ਼ਨ ਨਹੀਂ ਲੈਣੀ ਕਿਸੇ ਸਾਡੇ ਹੁੰਦੇ ਜੀ। ਕੰਮ ਆਪਾਂ ਡੱਬੇ ਦਾ ਸ਼ੁਰੂ ਕੀਤਾ ਹੋਇਆ ਵਾ ਟਾਈਮਿੰਗ ਬੈਲਟ ਪਾਉਣ ਦਾ, ਤਰੀਕਾ ਘਰ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਦੇ ਵਿੱਚ। ਸਭ ਤੋਂ ਪਹਿਲਾਂ ਉੱਥੇ ਪਲੇਟ ਵਗੈਰਾ ਖੋਲ੍ਹੀ ਹੋਈ ਆ, ਸ਼ੀਲਡ ਕਰ ਕੇ ਪੁਲੀ ਵਗੈਰਾ ਕੱਢਦੇ ਹਾਂ ਬਾਹਰ, ਟੈਨਸ਼ਨ ਤੁਹਾਨੂੰ ਦਿਖਾਉਂਦੇ ਹਾਂ ਬਾਕੀ ਤਰੀਕਾ ਕਾਰ ਜੀ। ਫਿਰ ਲੋ ਪਿਆਰੇ ਭਾਈ, ਟਾਈਮਿੰਗ ਬੈਲਟ ਖੋਲ ਲਿਆ ਜੀ, ਆਹ ਚੈੱਕ ਕਰੋ ਜੀ, ਟਾਈਮਿੰਗ ਬੈਲਟ ਟੁੱਟਾ ਆ, ਟਾਈਮਿੰਗ ਬੈਲਟ ਨਵਾਂ ਪਾਉਂਦ, ਆਹ ਚੈੱਕ ਕਰੋ ਜੀ, ਆਹ ਟਾਈਮਿੰਗ ਬੈਲਟ ਉਹਦੇ ਗੱਡੀ ਦੇ ਮਾਲਕ ਖੜ੍ਹੇ ਆ ਜੀ। ਆਹ ਟਾਈਮਿੰਗ ਬੈਲਟ ਹੁਣ ਕਰਾਂਗੇ ਇਨਸ਼ਾਲਾ ਰਿਪਲੇਸ, ਅਤੇ ਕਰਾਂਗੇ ਦੁਬਾਰਾ ਫਿਟ ਇਹਨੂੰ ਮੁਕੰਮਲ ਇਨਸ਼ਾਲਾ ਜੀ। ਅਤੇ ਤੁਹਾਨੂੰ ਟਾਈਮਿੰਗ ਬੈਲਟ ਵੀ ਦਿਖਾਉਂਦੇ, ਨਵਾਂ ਜਪਾਨੀ ਬੈਲਟ, ਟਾਈਮਿੰਗ ਬੈਲਟ ਪਾਉਣਾ ਸੀ ਇਹਦੇ ਵਿੱਚ ਇਨਸ਼ਾਲਾ। ਸਭ ਤੋਂ ਪਹਿਲਾਂ ਇਹਦੀ ਉੱਨੀ ਦੇਰ ਤੱਕ ਟਾਈਮਿੰਗ ਸਿੱਧੀ ਕਰ ਲਈਏ ਆਪਾਂ ਜੀ, ਕਿਉਂਕਿ ਟਾਈਮਿੰਗ ਬੈਲਟ ਚੜ੍ਹਾਉਣ ਤੋਂ ਪਹਿਲਾਂ ਇਹਦੀ ਟਾਈਮਿੰਗ ਸਿੱਧੀ ਕਰਨੀ ਪੈਂਦੀ ਆ, ਉੱਨੀ ਦੇਰ ਨੂੰ ਆਪਾਂ ਟਾਈਮਿੰਗ ਸਿੱਧੀ ਕਰ ਲਈਏ ਫਿਰ ਟਾਈਮਿੰਗ ਬੈਲਟ ਚੜ੍ਹਾਉਂਦੇ ਹਾਂ ਇਨਸ਼ਾਲਾ ਜੀ। ਪਿਆਰੇ ਭਾਈ ਦੇਖ ਸਕਦੇ ਹੋ ਕਿ ਟਾਈਮਿੰਗ ਇਹਦੀ ਆਪਾਂ ਸਿੱਧੀ ਕਰ ਦਿੱਤੀ ਹੋਈ ਆ, ਅਤੇ ਚਲੋ ਤੁਹਾਨੂੰ ਵੀ ਇਹਦੀ ਟਾਈਮਿੰਗ ਦੱਸ ਦਈਏ, ਕੈਰੀ ਬੁਲਾਉਣ ਦੀ ਟਾਈਮਿੰਗ ਕਿੱਥੇ ਹੁੰਦੀ ਆ ਜੀ, ਵੇਖੋ ਜੀ। ਸਭ ਤੋਂ ਪਹਿਲਾਂ ਕੇਮ ਟਾਈਮਿੰਗ ਚੈੱਕ ਕਰੋ, ਆਹ ਨਿਸ਼ਾਨ ਆ ਜੀ, ਇਹਨੇ ਸਿੱਧਾ ਕਰ ਦੇਣਾ ਬਿਲਕੁਲ, ਅਤੇ ਕਰੰਟ ਦੀ ਟਾਈਮਿੰਗ ਆ ਡੋਰ ਜੀ, ਆ ਤੀਰ 'ਤੇ ਬਿਲਕੁਲ ਸਿੱਧਾ ਕਰ ਦੇਣਾ, ਇਹ ਜੀ ਇਹਨਾਂ ਦੀ ਟਾਈਮਿੰਗ। ਅਤੇ ਟਾਈਮਿੰਗ ਬੈਲਟ ਚੜ੍ਹਾਉਣ ਤੋਂ ਪਹਿਲਾਂ ਟਾਈਮਿੰਗ ਸਿੱਧੀ ਕਰਨੀ ਬਹੁਤ ਜ਼ਰੂਰੀ ਆ, ਅਤੇ ਐਡਜਸਟਿੰਗ ਕਰਨ ਵਾਸਤੇ ਜੀ ਆਪਾਂ ਟਾਈਮਿੰਗ ਬੈਲਟ ਦੀ ਐਡਜਸਟ ਕਰਨ ਵਾਸਤੇ ਟਾਈਮਿੰਗ ਬੈਰਿੰਗ ਦੇ ਜੋ ਕਾਬਲ ਢਿੱਲੇ ਕਰ ਰਹੇ ਹਾਂ, ਅਤੇ ਟਾਈਮਿੰਗ ਬੈਲਟ ਚੜ੍ਹਾਉਂਦੇ ਹਾਂ ਫਿਰ ਇਨਸ਼ਾਲਾ ਤੁਹਾਨੂੰ ਦਿਖਾਉਂਦੇ ਹਾਂ ਬਾਕੀ ਟਾਈਮਿੰਗ ਬੈਲਟ ਚੜ੍ਹਾ ਕੇ ਸਲਫ ਮਾਰ ਕੇ ਦਿਖਾਵਾਂਗੇ ਇਨਸ਼ਾਲਾ। ਕਿੱਥੇ ਬਾਰਾਂ ਚੱਪੇ ਪਾਉਣੇ ਟਾਈਮਿੰਗ ਚੈੱਕ ਕਰੋ ਫਿਰ ਬੈਲਟ ਪਲੇਟਾਂ ਫੋਟਾ ਲਾਈਏ। ਲਓ ਪਿਆਰੇ ਭਾਈ, ਤੁਸੀਂ ਦੇਖ ਸਕਦੇ ਹੋ ਕਿ ਫਿਰ ਆਪਾਂ ਟਾਈਮਿੰਗ ਬੈਲਟ ਚੜ੍ਹਾ ਦਿੱਤਾ ਹੋਇਆ ਵਾ, ਅਤੇ ਹੁਣ ਉਤਲੀ ਫਿਰ ਆਪਾਂ ਪਲੇਟ ਵਗੈਰਾ ਚੜ੍ਹਾਵਾਂਗੇ ਇਨਸ਼ਾਲਾ। ਐਡਜਸਟਿੰਗ ਕਰਨ ਤੋਂ ਬਾਅਦ, ਟਾਈਮਿੰਗ ਬੈਲਟ ਦੀ ਐਡਜਸਟ ਕਰਨ ਤੋਂ ਬਾਅਦ ਹੁਣ ਵਾਰੀ ਆ ਗਈ ਪਲੇਟਾਂ ਵਗੈਰਾ ਲਗਾਉਂਦੇ ਹਾਂ, ਮੁਕੰਮਲ ਕਰਦੇ ਹਾਂ ਇਨਸ਼ਾਲਾ ਇਹਨੂੰ ਹੁਣੇ। ਚੰਗਾ ਕਰ ਸ਼ੁਰੂ ਕਰ, ਕਰਦੇ
ਲਓ ਪਿਆਰੇ ਭਾਈ, ਵਾਟਰ ਬਾਡੀ ਪੁਲੀ ਦੇ ਵਗੈਰਾ ਦੇ ਕਾਬਲੇ ਲਗਾ ਤੇ ਹੋਏ, ਮੁਕੰਮਲ ਕਰਤਾ ਆਪਾਂ ਅਤੇ ਇਨਸ਼ਾਅੱਲਾ ਹੁਣ ਮੁਕੰਮਲ ਥੋੜ੍ਹੇ ਜਿਹੇ ਦੋ ਤਿੰਨ ਕਾਬਲੇ ਟਾਈਟ ਕਰਕੇ ਤੁਹਾਨੂੰ ਸੈਲਫ ਮਾਰ ਕੇ ਦਿਖਾਉਂਦੇ ਹਾਂ ਇਨਸ਼ਾਅੱਲਾ ਗੱਡੀ ਦੀ ਕੰਡੀਸ਼ਨ। ਕੰਮ ਹੋ ਗਿਆ ਗੱਡੀ ਦਾ ਮੁਕੰਮਲ, ਤੁਹਾਨੂੰ ਚੈੱਕ ਕਰਵਾ ਦਈਏ, ਪਹਿਲਾਂ ਸਲਾਹ ਮਾਰਦੇ, ਮਾਰੋ ਜੀ ਸਲਾਹ ਮਾਰੋ ਜੀ। ਲਓ ਪਿਆਰੇ ਭਾਈ, ਅਲਹਮਦੁਲਿਲਾ ਗੱਡੀ ਹੋ ਗਈ ਹੈ ਫੌਰਨ ਸਟਾਰਟ, ਚੈੱਕ ਕਰ ਸਕਦੇ ਹੋ ਜੀ, ਕੰਮ ਹੋ ਗਿਆ ਬਿਲਕੁਲ ਮੁਕੰਮਲ, ਅਲਹਮਦੁਲਿਲਾ ਸਟਾਰਟ, ਗੱਡੀ ਖੜ੍ਹੀ ਹੈ, ਚੈੱਕ ਕਰੋ ਆਵਾਜ਼ ਸੁਣੋ ਜੀ। ਲਓ ਪਿਆਰੇ ਭਾਈ, ਬਾਕੀ ਫਿਰ ਤੁਸੀਂ ਚੈਨਲ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ। ਬਹੁਤ ਸ਼ੁਕਰੀਆ ਅਬਦੁਲ ਰਜ਼ਾਕ ਮੋਟਰ ਵਰਕਸ਼ਾਪ ਕਸੋਵਾਲ ਐਂਡ ਆਟੋ ਪਾਰਟਸ।